ਸਤਾਤ ਬਚਾਲਾ ਸਤਾਤ ਬਚਾਲਾ ਮੈਨੂੰ ਸਤਾਤ ਮੈਂ ਮਰਨਾ ਨਹੀਂ ਚਾਹੁੰਦਾ ਬਚਾਲਾ ਮੈਨੂੰ ਮੈਂ ਮਰਨਾ ਨਹੀਂ ਚਾਹੁੰਦਾ ਸਤਾਤ ਰਹਿਣ ਦੇ ਉਸਤਾਦ ਜਾਣ ਦੇ ਗਰੀਬਾਂ ਨੂੰ ਤੁਹਾਡੇ ਦਿਲ ਤੱਕ ਪਹੁੰਚਣ ਲਈ ਮੈਂ ਕੀ ਕਰ ਸਕਦਾ ਹਰ ਗੱਲ ਬੋਲ ਕੇ ਦੱਸਣੀ ਨਾ ਜ਼ਰੂਰੀ ਨਹੀਂ ਹੁੰਦੀ ਜਿਹੜੀ ਕੁੜੀ ਬਦਮਾਸ਼ਾਂ ਦੀ ਭੈਣ ਹੁੰਦੀ ਆ ਉਹ ਬਦਮਾਸ਼ ਨੂੰ ਪਸੰਦ ਕਰਦੀ ਆ ਕਮਾਲ ਆ ਬਾਬੇ ਇੱਧਰ ਸਾਡੇ ਵਾਲੇ ਬਾਈ ਨੂੰ ਇੱਕ ਵੀ ਨਹੀਂ ਜੁੜਦੀ ਉੱਧਰ ਦੋ ਦੋ ਜੁਗਨੀਆਂ ਲਈ ਬੈਠਾ ਹੈ ਇੱਕ ਵਾਰੀ ਦਿਲ ਤੋਂ ਪੁੱਛ ਤੇ ਫੈਸਲਾ ਕਰ ਮੇਰਾ ਵੀ ਦਿਲ ਨਹੀਂ ਕਰਦਾ ਕਿ ਤੂੰ ਜਾਵੇ ਬਿੱਲੀ ਦੀਆਂ ਨੌਂਦਰਾਂ ਵੱਡੀਆਂ ਹੋ ਜਾਣ ਤਾਂ ਇਹਦਾ ਮਤਲਬ ਇਹ ਨਹੀਂ ਕਿ ਉਹ ਸ਼ੇਰ ਬਣ ਜੂਗੀ ਵੀਰੇ ਤੂੰ ਆਪਣੇ ਨਾਲ ਹੀ ਰੱਖ ਲੈ ਮੈਂ ਵੀ ਤੇਰੇ ਵਾਂਗੂ ਬਦਮਾਸ਼ੀ ਸਿੱਖਣੀ ਆ ਫਿਰ ਉਸਤਾਦ ਜੀ ਚੇਲਾ ਤਾਂ ਬਣਾ ਲਓਗੇ ਇਹਨੂੰ ਹਨਾ ਮੈਂ ਸਿਰਫ ਸਮਝਾਉਣ ਆਇਆ ਹੱਡੀਆਂ ਤੋੜਨ ਦਾ ਮੇਰਾ ਕੋਈ ਮੂਡ ਨਹੀਂ ਹੈ ਆਹੀ ਬਸ ਆਹੀ ਮੌਕਾ ਇਹਨਾਂ ਚ ਰਲਣ ਦਾ ਸਿੰਘਾਂ ਸਿੰਘਾਂ ਮੇਰੇ ਗੁੱਟਦੀ ਨਸ ਚੜ ਜਾਂਦੀ ਹੈ ਤਾਂ ਐਂ ਕਰਨਾ ਪੈਂਦਾ ਨਿਕਲ ਵਾਲੀ ਛੋਟੀ ਨਹੀਂ ਪਾਲੀ ਮੇਰੇ ਪਾਪੇ ਦੇ ਗੱਛੇ ਤੂੰ ਵੱਡੇ ਹੁੰਦੇ ਆ ਜੀ ਜ਼ੁਬਾਨ ਨੂੰ ਕੰਟਰੋਲ 'ਚ ਰੱਖੀਦਾ ਇਹਦੇ 'ਚ ਹੱਡੀ ਨਹੀਂ ਹੁੰਦੀ ਪਰ ਇਹ ਹੱਡੀਆਂ ਤੁੜਵਾ ਦਿੰਦੀ ਜਿਨ੍ਹਾਂ ਕੋਲ ਜੁਗਨੀ ਨਹੀਂ ਨਾ ਹੁੰਦੀ ਉਹਨਾਂ ਤੋਂ ਤਾਂ ਰੱਬ ਵੀ ਖੁਸ਼ ਨਹੀਂ ਹੁੰਦਾ ਇਹਦਾ ਮਤਲਬ ਤੂੰ ਫੈਸਲਾ ਕਰ ਲਿਆ ਹਾਂ ਨਹੀਂ ਪਾਏ ਤਕਦੀਰਾਂ ਦੀ ਏ ਮਾਂ ਕੀ ਕਰੀਏ ਕੀ ਕਰੀਏ ਦੁਆਵਾਂ ਵੀ ਅਸਰ ਹੁਣ ਕਰ ਝੂਠ ਦੀ ਬੁਨਿਆਦ ਤੇ ਬਣੇ ਹੋਏ ਰਿਸ਼ਤੇ ਨਾ ਬਹੁਤੀ ਦੇਰ ਨਹੀਂ ਚੱਲਦੇ ਹੁੰਦੇ ਦੇਖੀ ਗਰੀਬਾ ਧੋਖਾ ਨਾ ਦੇ ਜੀ ਉਸਤਾਦ ਨੂੰ ਦੋਸਤੀ ਤੇ ਪਿਆਰ ਦੋਵੇਂ ਰਿਸ਼ਤੇ ਨਾਲ ਝੂਠ ਬੋਲ ਕੇ ਨਹੀਂ ਨਿਭਾ ਸਕਦਾ ਓਏ ਛੱਡ ਦੇ ਮੈਨੂੰ ਨਹੀਂ ਨਹੀਂ ਪਹਿਲਾਂ ਮੰਨੋ ਅੱਜ ਗਰੀਬ ਨੂੰ ਚੇਲਾ ਬਣਾਉਣਾ ਪੈਣਾ ਅੱਛਾ ਅੱਛਾ ਠੀਕ ਹੈ ਯਾਰ ਠੀਕ ਹੈ ਹੱਟ ਦੇ ਪਿੱਛੋਂ ਛੱਡ ਦੇ ਮੈਨੂੰ ਉਸਤਾਦ ਜੀ ਪਹਿਲੀ ਮੰਨ ਚਾਹਦੇ ਹੱਥ ਧੋਤੇ ਸੀ ਸਾਲੇ ਸਾਹ ਦਾ ਤੂੰ ਲੈ ਨਹੀਂ ਦਿੱਤਾ ਹੱਥ ਕਿਤੇ ਧੋਣੇ ਸੀ